मौजूद है जी मलक सईद फार्म इंडस्ट्री, ठीक है भाइयों ने मैसेज 385 लिया है यहाँ से, तो अभी इनसे पूछते हैं जी कितने में मिला है, मुकम्मल मालूमात लेते हैं कौन से टायरों में है, ठीक है ताकि आपको आइडिया हो जाएगा मार्केट में क्या रेट्स वगैरह चल रहा है। ये भाई है जी इन्होंने लिया, अभी इनसे पूछते हैं जी। अस्सलाम वालेकुम भाई, की हाल ठीक ठाक हो? ठीक ठाक जी। की नाम अपना भाई? हाजी अली शेर। अच्छा तो 385 लिया तुसी? हां जी। अच्छा तो भाई केड़े इलाके जो आए हो? शेरगढ़ विचों। केड़े जो? शेरगढ़ विचों। शेरगढ़ जो? शेरगढ़। शेरगढ़ जी। अच्छा तो किन्ने च मिलया ये आ? पूरे 32 दा। 32 लाख से जी? पूरे 32 लाख से? 32,02,000 से। 32,02,000 से जी। कितने दिन हुआ इसे? ये नावे में आया जी, है फ्रेश ही है? फ्रेश 9 तारीख दी। अच्छा 9 तारीख दी है जी। केड़े टायर ने? चौथे महीने 9 तारीख। अच्छा जनरल टायर है? हां जी। नहीं 75 महीना जनरल है जी। जनरल है? जनरल टायर है। ए जनरल टायर दे ते माल मतलब घट ही मार्केट दे विच? हां जी। आप डिमांड ते ले ने जनरल टायर ही? हां जी। अच्छा अच्छा ते हुन किवें लोड करके ला के चले हो? लोड करते। ते किन्ना जमीन दा करना है दे नाल? 35 किल्ले। ज्यादातर काला काम करदे चापर दा लेजर लेवल दा? नहीं बाबा हलवाणा हलूल सही काम करदा 85 जी। करो ते चला रहे हो 85? बाबा दी 25 हुंदे पण। अच्छा जी। आप थाल जाना रोज दा केड़ा 25 साल तो इस्तेमाल कर रहे हो तुसीं? मिलत ही कर रहे हो के? हां जी। ਫੀਡ ਫੂਡ ਨਹੀਂ ਆ ਇਸਤੇਮਾਲ ਕੀਤਾ? ਨਹੀਂ ਇੱਕ ਸਾਹਬ ਚਲਾ ਵੀ ਜਾਂਦੇ ਕੋਈ ਇਹ ਸਾਲ ਬਾਅਦ ਚੇਂਜ ਕਰ ਲੈਂਦੇ ਹੋ ਜੀ? ਅੱਛਾ ਤੇ ਕੋਈ ਫਰਕ ਪਿਆ ਮਟੀਰੀਅਲ ਚ ਜਾਂ ਕੰਮ ਹੌਲਾ ਹੋਇਆ ਕਿ ਉੱਥੇ ਹੀ ਹੈ? ਇਹ ਚਲਾਉਂਦੇ ਇੱਕ ਸਾਲ ਆ ਗਿਆ, ਸਾਨੂੰ ਪਤਾ ਹੀ ਕੋਈ ਲੱਗਦਾ ਸਾਲ ਬਾਅਦ ਬਾਹਰ ਕਰਨੇ ਆ। ਇਹ ਸਾਲ ਬਾਅਦ ਵੇਚ ਸਕਦੇ ਹੋ? ਉਹਨੇ ਚ ਵੇਖੀ ਜਾਂਦਾ ਫੇਰ ਉਹਨਾਂ ਵੇਖ ਜਾਂਦਾ ਤੋਂ ਰੇਟ ਜਿਹੜੇ ਵਧਣ ਦੇ ਨੇ ਜੀ। ਹਰ ਸਾਲ ਬਾਅਦ ਇਹ ਰੇਟ ਡਬਲ ਹੋਇਆ ਹੁੰਦਾ ਹੈ। ਜਿੰਨੇ ਤੁਸੀਂ ਹੁਣ ਲੈ ਕੇ ਹੁਣ 32 ਚ ਲਿਆ ਨਾ, ਸਾਲ ਬਾਅਦ ਤੁਹਾਡਾ 34 ਚ ਵੇਚ ਜਾਣਾ ਸਭ। ਹਾਂਜੀ ਬਿਲਕੁਲ। ਇਹ ਘਾਟਾ ਨਹੀਂ ਪੈਣਾ, ਵਾਧੇ ਚ ਹੀ ਹੈ। ਬਾਕੀ ਹੋਰ ਇਸ ਤੋਂ ਇਲਾਵਾ ਦੱਸੋ ਮਾਰਕੀਟ ਹੋਰ ਵੀ ਵਿਜ਼ਰ ਵਿਜ਼ਰ ਕੀਤਾ, ਕੀ ਰੇਟ ਵਗੈਰਾ ਚੱਲ ਰਹੇ ਨੇ? ਕੀ ਰੇਟ ਕਰਦਾ ਤੇ ਪੁੱਛਿਆ ਦਾ ਇਹ ਚੱਲ ਰਿਹਾ? ਇਹ ਕਿੰਨਾ ਕੋ ਲਿਆ ਵਾਲਾ? ਮਲਕਾ ਕੋ? ਮਲਕ ਸਾਹਿਬ ਕੋ ਲਿਆ ਨਾ? ਹਾਂਜੀ। ਅੱਛਾ ਅੱਛਾ ਤੇ ਇਹਨਾਂ ਕੋ ਦੂਸਰੇ ਪੈਂਥੇ ਟਾਂ ਚ ਵੀ ਹੋਣਗੇ? ਹੋਣੇ। ਉਹਨਾਂ ਦਾ ਰੇਟ ਘੱਟ ਕੇ ਵਾਧੇ? ਘੱਟ ਹੋ। ਉਹ ਘੱਟ 15 ਦਾ ਤੇ ਘੱਟ ਹੋ 15,000 ਜੀ। अच्छा अच्छा मतलब पैंथर महंगा है ते बंदे सर्विस भी डिमांड करते ने जी। सर्विस टायर कैसा है? ये बड़ा अच्छा चलता है। हां ये अच्छा चलता है। मतलब ਤੁਹਾਡੇ ਖਿਆਲ ਵਿੱਚ ਕਿਹੜਾ ਟਾਇਰ ਅੱਛਾ ਹੈ, ਪੈਂਥਰ ਅੱਛਾ ਹੈ, ਸਰਵਿਸ ਅੱਛਾ ਹੈ ਜਾਂ ਜਨਰਲ? ਜਨਰਲ ਅੱਛਾ ਹੈ। ਜਨਰਲ ਅੱਛਾ ਹੈ ਜੀ। ਅੱਛਾ ਜੀ ਉਹ ਚਲੋ ਅੱਲਾ ਪਾ ਖਿਆਲ ਕਰੇ, ਵੈਸੇ ਪੈਂਥਰ ਟਾਇਰ ਵੀ ਅੱਛਾ ਹੈ। ਹਾਂ ਜੀ ਸਾਡਾ ਮਸ਼ਵਰੇ ਤਾਂ ਨਹੀਂ, ਤਾਂ ਇਹ ਆਖਾਂਗੇ ਭਾਈ ਪੈਂਥਰ ਅੱਛਾ ਹੈ। ਬਾਕੀ ਚਲੋ ਅੱਲਾ ਖਿਆਲ ਕਰੇ, ਹੁਣ ਲੋਡ ਕਰਨ ਲੱਗੇ ਹੋ? ਹਾਂ ਦੁਆ ਕਰੋ। ਚਲੋ ਜੀ ਅੱਲਾ ਪਾ ਖਿਆਲ ਕਰੇ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਭਾਈ ਕੀ ਹਾਲ ਠੀਕ ਠਾਕ ਹੋ? ਠੀਕ ਠਾਕ। ਭਾਈ ਕੀ ਨਾਮ ਆਪਣਾ? ਸਾਕਬ ਅਲੀ। ਅੱਛਾ ਭਾਈ ਆਪਾਂ ਇਸ ਟਾਈਮ ਲਾਹੌਰ ਮਾਰਕੀਟ ਖੜੇ ਆ। ਹਾਂਜੀ। ਆ ਤੁਹਾਂ ਟਰੈਕਟਰ ਲਿਆ 385? ਬਿਲਕੁਲ ਲਿਆ ਜੀ। ਤੇ ਭਾਈ ਕਿਹੜੇ ਇਲਾਕੇ ਜੋ ਆਏ ਹੋ? ਅਸੀਂ ਤਹਿਸੀਲ ਸੰਭੜਿਆਲ ਪਿੰਡ ਸੰਭੜਿਆਲ ਜੋ ਆ। ਸੰਭੜਿਆਲ ਦੇ ਕਾਫੀ ਅੱਜ ਪਾਰਟੀਆਂ ਫਿਰਨ ਡੀਆਂ, ਕੱਲ ਵੀ ਕਾਫੀ ਇਹਨਾਂ ਦੇ ਇੰਟਰਵਿਊ ਵਗੈਰਾ ਕੀਤੇ ਨੇ। ਮਸ਼ੀਨਾਂ ਚੱਲ ਗਈਆਂ ਨੇ ਨਾ ਕਣਕ ਖੇਤ ਵਿੱਚ ਹੀ ਆ। ਹਾਂ ਮਸ਼ੀਨਾਂ ਚੱਲ ਗਈਆਂ ਨੇ, ਆਜੇ ਲਗਾ ਕੇ ਸ਼ਾਕ ਆਉਣ ਲੱਗ ਪਿਆ ਮਾਰਕੀਟ। ਹਾਂਜੀ। ਅੱਛਾ ਤੇ ਭਾਈ ਇਹ ਕਿੰਨੇ ਚ ਮਿਲਿਆ ਜੀ? 385 83 ਚ। 83 ਲੱਖ ਚ? ਸੌਰੀ 31 ਲੱਖ ਤੇ 80000। 31,80,000 ਦਾ? ਹਾਂਜੀ। ਇਹ ਕਿਦਣ ਦੀ ਨਵਾਈਸ ਜੀ? ਇਹ 31 ਤਰੀਕ ਦੀ ਨਵਾਈਸ ਹੈ, ਮਾਰਚ ਦੀ, 31 ਮਾਰਚ। ਮਤਲਬ ਫਰੈਸ਼ ਹੀ ਹੈ? ਫਰੈਸ਼। ਰੇਟ ਸਹੀ ਮਿਲ ਗਿਆ ਹੈ? ਹਾਂਜੀ ਠੀਕ ਮਿਲ ਗਿਆ ਰੇਟ। ਇੱਕ ਭਾਈ ਕਿਹੜੇ ਸ਼ੋਰੂਮ ਤੋਂ ਲਿਆ ਜੀ? ਹਰਾਣਾ ਫਾਰਮ। ਹਰਾਣੇ ਵਾਲਿਆਂ ਕੋਲ ਲਿਆ? ਹਾਂਜੀ। ਰੇਟ ਮਾਸ਼ਾਅੱਲਾ ਸਹੀ ਚੱਲ ਰਿਹਾ ਹੈ, 32,13,000 ਰੁਪਇਆ ਬੁਕਿੰਗ ਰੇਟ ਹੈ। ਹਾਂਜੀ ਬੁਕਿੰਗ ਰੇਟ ਤੋਂ ਥੱਲੇ ਮਿਲਦਾ ਪਿਆ? ਥੱਲੇ ਮਿਲਿਆ। ਹੋਰ ਭਾਈ ਕੀ ਕਹਿਣਾ ਚਾਹੋਗੇ, ਕੁਝ ਮੱਛਾ ਜਾਂ ਮਸ਼ਵਰਾ ਦੇ ਦਿਓ? ਗਾ ਮਟੀਰੀਅਲ ਰੈਟ ਲੈ ਲੈਣਾ ਚਾਹੀਦਾ ਕਿ ਵੇਟ ਕਰ ਲੈਣਾ ਚਾਹੀਦਾ? ਲੈ ਲੈਣਾ ਚਾਹੀਦਾ, ਹੁਣ ਤਾਂ 10 ਦਿਨ ਪਹਿਲੀ ਤਰੀਕ ਨੂੰ ਫਿਰ ਮਹਿੰਗੇ ਹੋ ਰਹੇ। ਅੱਛਾ ਜੀ। ਹਾਂਜੀ ਆਹੋ ਜੀ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਿੱਧਰ ਮਾਰਕੀ ਮਹਿੰਗੇ ਕਰਦੇ ਨੇ। ਤੇ ਜ਼ਿਆਦਾਤਰ ਭਾਈ ਕਿਹੜਾ ਕੰਮ ਇਹਦੇ ਨਾਲ ਚਾਪਰ ਦਾ ਕਿ ਕਰਾ ਦਾ ਕਾਹਦਾ ਕੰਮ ਹੈ ਜ਼ਿਆਦਾ? ਲੇਜ਼ਰ ਦਾ? ਲੇਜ਼ਰ ਲੂਜ਼ਰ ਕਰਾਉਂਦੇ, ਜ਼ਮੀਨਦਾਰਾ ਕਰਾਉਂਦੇ। ਅੱਛਾ ਅੱਛਾ। ਕਾਲਾ ਟੂਲਾ ਚਲਾਵਾਂ ਦੇ ਨਾਲ। ਚਲੋ ਜੀ ਅੱਲਾ ਪਾ ਖੈਰ ਕਰੇ। ਤੇ ਕਿੰਨਾ ਹੁਣ ਲੋਡਿੰਗ ਦਾ ਕਿੰਨਾ ਕਿਰਾਇਆ ਹੋਇਆ? ਲੋਡਿੰਗ ਦਾ ਰੁਪਇਆ 15,000 ਦਿੱਤਾ। 15,000 ਰੁਪਇਆ? ਹਾਂ। ਚਲੋ ਜੀ ਅੱਲਾ ਪਾ ਖੈਰ ਕਰੇ ਤੁਹਾਡੇ ਨਾਲ, ਅੱਲਾ ਪਾ ਨਸੀਬਾਂ ਹੀ ਕਰੇ। ਠੀਕ ਹੈ ਭਾਈ ਮਿਹਰਬਾਨੀ। ਠੀਕ ਹੈ।